ਵੱਡੀ ਖਬਰ ਸੰਗਰੂਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਲੋਕ ਕਿ ਪਿੰਡ ਨਮੋਲ 'ਚ ਵੱਡੀ ਘਟਨਾ ਵਾਪਰੀ ਹੈ ਅਤੇ ਤਿੰਨ ਪਰਿਵਾਰਾਂ 'ਤੇ ਮਾਤਮ ਛਾਇਆ। ਜਾਣਕਾਰੀ ਮਿਲ ਰਹੀ ਹੈ ਕਿ ਬੀਤੀ ਦੇਰ ਰਾਤ ਕੱਲ੍ਹ ਤਿੰਨ ਮਜ਼ਦੂਰਾਂ ਨੇ ਸ਼ਰਾਬ ਪੀਤੀ ਅਤੇ ਇਹ ਸ਼ਰਾਬ ਉਹਨਾਂ ਦੀ ਮੌਤ ਦਾ ਕਾਰਨ ਬਣ ਗਈ। ਜਾਣਕਾਰੀ ਮਿਲ ਰਹੀ ਹੈ ਕਿ ਤਿੰਨ ਮਜ਼ਦੂਰਾਂ ਵੱਲੋਂ ਕੱਲ੍ਹ ਜਿਹੜੇ ਆ ਰਾਤ ਸ਼ਰਾਬ ਪੀਤੀ ਗਈ, ਪਰ ਜਦੋਂ ਉਹਨਾਂ ਨੂੰ ਪਰਿਵਾਰਕ ਮੈਂਬਰਾਂ ਵੱਲੋਂ ਸਵੇਰੇ ਉਠਾਇਆ ਗਿਆ ਤਾਂ ਉਹ ਉੱਠੇ ਹੀ ਨਹੀਂ, ਜਿਸਦੇ ਚੱਲਦਿਆਂ ਵੱਡੀ ਘਟਨਾ ਵਾਪਰੀ ਹੈ। ਅਤੇ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਕਿ ਸੰਗਰੂਰ ਦੇ ਪਿੰਡ ਨਮੋਲ ਵਿੱਚ ਇਹ ਵੱਡੀ ਘਟਨਾ ਦੇਖਣ ਨੂੰ ਮਿਲੀ ਹੈ। ਹਾਲਾਂਕਿ ਅਸੀਂ ਪਿਛਲੇ ਸਾਲ ਦੌਰਾਨ ਦੇਖਿਆ ਸੀਗਾ ਕਿ ਪਿਛਲੇ ਸਮੇਂ ਦੌਰਾਨ ਵੀ ਇੱਕ ਵੱਡੀ ਘਟਨਾ ਵਾਪਰੀ ਸੀ ਅਤੇ ਤਰਨ ਤਾਰਨ ਅੰਮ੍ਰਿਤਸਰ ਵਿੱਚ ਵੱਡੀ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਵੱਡੀ ਗਿਣਤੀ 'ਚ ਲੋਕਾਂ ਦੀ ਮੌਤ ਹੋਈ ਸੀ ਅਤੇ ਇਸੇ ਦੇ ਚੱਲਦਿਆਂ ਇਹ ਸਾਰਾ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚਿਆ ਹੋਇਆ, ਜਿਹਦੇ ਚੱਲਦਿਆਂ ਬੀਤੇ ਦਿਨੀ ਸੁਪਰੀਮ ਕੋਰਟ ਨੇ ਇਸ ਨੂੰ ਲੈ ਕੇ ਵੱਡੀ ਟਿੱਪਣੀ ਕੀਤੀ ਸੀ, ਜਿਸ ਵਿੱਚ ਸੁਪਰੀਮ ਕੋਰਟ ਨੇ ਇਹ ਕਿਹਾ ਸੀਗਾ ਕਿ ਜਿਹੜੇ ਵੀ ਏਰੀਏ ਵਿੱਚ ਅਜਿਹੀ ਘਟਨਾ ਵਾਪਰੇਗੀ ਤਾਂ ਉਸ ਦਾ ਜ਼ਿੰਮੇਵਾਰ ਉਸ ਪੁਲਿਸ ਚੌਂਕੀ ਦਾ ਇੰਚਾਰਜ ਹੋਏਗਾ ਜਾਂ ਉਸ ਪੁਲਿਸ ਥਾਣੇ ਦਾ ਜਿਹੜਾ ਵੀ ਇੰਚਾਰਜ ਹੋਏਗਾ ਉਹੀ ਸਾਰੇ ਜ਼ਿੰਮੇਵਾਰ ਹੋਏਗਾ। ਜਿਹਦੇ ਚੱਲਦਿਆਂ ਇਹ ਵੱਡੀ ਘਟਨਾ ਵਾਪਰੀ ਹੈ ਅਤੇ ਤਿੰਨ ਪਰਿਵਾਰਾਂ 'ਤੇ ਮਾਤਮ ਛਾਇਆ ਹੋਇਆ। ਤਿੰਨ ਘਰਾਂ ਦੇ ਜੋ ਜ਼ਹਿਰੀਲੀ ਸ਼ਰਾਬ ਕਾਰਨ ਚੁੱਲ੍ਹੇ ਬੁਝੇ ਨੇ। ਉੱਥੇ ਹੀ ਗੱਲ ਕਰ ਲੈਂਦੇ ਹਾਂ ਕਿ ਵੱਖ ਵੱਖ ਜਿਹੜੇ ਘਰਾਂ 'ਚ ਮਾਮਲਾ ਦੇਖਣ ਨੂੰ ਮਿਲਿਆ ਅਤੇ ਪਿੰਡ ਨਮੋਲ ਦੀ ਘਟਨਾ ਦੱਸੀ ਜਾ ਰਹੀ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜੇ ਮਜ਼ਦੂਰ ਨੇ ਇਹ ਤਿੰਨਾਂ ਨੇ ਸ਼ਰਾਬ ਪੀਤੀ ਸੀਗੀ ਅਤੇ ਪਿੰਡ ਦੇ ਹੀ ਇੱਕ ਵਿਅਕਤੀ 'ਤੇ ਦੋਸ਼ ਲੱਗੇ ਨੇ ਕਿ ਉਹ ਪਿੰਡ ਵਿੱਚ ਸ਼ਰਾਬ ਵੇਚਦਾ ਅਤੇ ਬੀਤੇ ਕੱਲ੍ਹ ਹੀ ਉਸਨੇ ਮੁਨਾਫਾ ਕਮਾਉਣ ਖਾਤਰ ਕਿਤੇ ਨਾ ਕਿਤੇ ਜ਼ਹਿਰੀਲੀ ਸ਼ਰਾਬ ਇਹਨਾਂ ਤਿੰਨਾਂ ਨੂੰ ਪਿਆ ਦਿੱਤੀ ਅਤੇ ਇਸੇ ਦੇ ਚੱਲਦਾ ਇਹ ਵੱਡੀ ਘਟਨਾ ਜਿਹੜੀ ਵਾਪਰੀ ਹੈ। ਸੋ ਸੀਐਮ ਸਿਟੀ ਹੈ ਸੰਗਰੂਰ, ਉੱਥੇ ਵੱਡੀ ਘਟਨਾ ਦੇਖੀ ਜਾ ਰਹੀ ਹੈ ਜਿਸ ਵਿੱਚ ਕਿ ਤਿੰਨ ਮਜ਼ਦੂਰਾਂ ਦੀ ਮੌਤ ਹੋਈ ਹੈ ਅਤੇ ਇਸ ਦੇ ਚੱਲਦਿਆਂ ਪਿੰਡ ਵਿੱਚ ਜਿੱਥੇ ਮਾਤਮ ਛਾਇਆ ਹੋਇਆ ਉੱਥੇ ਹੀ ਇਹਨਾਂ ਤਿੰਨਾਂ ਪਰਿਵਾਰਾਂ ਦੇ ਘਰ ਦੇ ਜਿਹੜੇ ਚੁੱਲ੍ਹੇ ਬੁਝੇ ਨੇ। ਅਤੇ ਵੱਡੀ ਘਟਨਾ ਜਿਹੜੀ ਜ਼ਹਿਰੀਲੀ ਸ਼ਰਾਬ ਕਾਰਨ ਮੁੜ ਤੋਂ ਜਿਹੜੀ ਪੰਜਾਬ ਵਿੱਚ ਵਾਪਰਦੀ ਦਿਖਾਈ ਦੇ ਰਹੀ ਹੈ, ਕਿਉਂਕਿ ਅਸੀਂ 2017-18 ਦੇ ਦਰਮਿਆਨ ਦੇਖਿਆ ਸੀਗਾ ਕਿ ਵੱਡੀ ਘਟਨਾ ਵਾਪਰੀ ਸੀ ਅਤੇ ਤਰਨ ਤਾਰਨ ਅੰਮ੍ਰਿਤਸਰ ਵਿੱਚ ਜਿਹੜੀ ਆ ਜ਼ਹਿਰੀਲੀ ਸ਼ਰਾਬ ਕਾਰਨ ਘੱਟੋ ਘੱਟ 100 ਤੋਂ ਵੱਧ ਮੈਂਬਰਾਂ ਦੇ ਜਿਹੜੇ ਆ ਪਰਿਵਾਰਕ ਮੈਂਬਰਾਂ ਦੇ ਘਰ ਦੇ ਜਿਹੜੇ ਆ ਚੁੱਲ੍ਹੇ ਬੁਝੇ ਸੀਗੇ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਜਿਹੜੀ ਆ ਮੌਤ ਹੋਈ ਸੀ। ਇੱਥੋਂ ਤੱਕ ਕਿ ਉਹ ਪਰਿਵਾਰ ਹਾਲੇ ਤੱਕ ਜਿਹੜੇ ਆ ਜਿਹੜੇ ਉਹਨਾਂ ਦੀ ਪੈਨਸ਼ਨ ਦੀ ਗੱਲ ਮੌਕੇ ਦੀ ਸਰਕਾਰ ਨੇ ਕੈਪਟਨ ਸਰਕਾਰ ਨੇ ਕੀਤੀ ਸੀਗੀ, ਉਹ ਹਾਲੇ ਤੱਕ ਉਹ ਪੈਨਸ਼ਨ ਤੱਕ ਦੇ ਪਿੱਛੇ ਪੈਨਸ਼ਨ ਲੈਣ ਲਈ ਜਿਹੜੇ ਆ ਦਫ਼ਤਰਾਂ ਦੇ ਗੇੜੇ ਕੱਟ ਰਹੇ ਨੇ। ਇੱਕ ਹੋਰ ਇਹ ਘਟਨੀ ਆ ਜਿਹੜੀ ਸਾਹਮਣੇ ਆ ਜਾਂਦੀ ਹੈ। ਸੋ ਕਿਤੇ ਨਾ ਕਿਤੇ ਜਿਹੜਾ ਇੱਕ ਵਾਰ ਫਿਰ ਜ਼ਹਿਰੀਲੀ ਸ਼ਰਾਬ ਦਾ ਵੱਡਾ ਘਾਤਕ ਹਮਲਾ ਜਿਹੜਾ ਕਹਿ ਸਕਦੇ ਆ ਪੰਜਾਬ 'ਤੇ ਮੁੜ ਹੁੰਦਾ ਨਜ਼ਰ ਆਇਆ। ਪੰਜਾਬ ਦੇ ਜਿਹੜਾ ਸੰਗਰੂਰ ਜ਼ਿਲ੍ਹਾ ਹੈ, ਸੰਗਰੂਰ ਜ਼ਿਲ੍ਹੇ ਦੇ ਪਿੰਡ ਨਮੋਲ 'ਚ ਇਹ ਵੱਡੀ ਘਟਨਾ ਵਾਪਰੀ ਹੈ ਅਤੇ ਤਿੰਨ ਮਜ਼ਦੂਰਾਂ ਦੀ ਮੌਤ ਹੋਈ ਹੈ। ਸੋ ਵੱਡੀ ਖਬਰ ਸਾਂਝੀ ਕਰ ਰਹੇ ਹਾਂ। ਇਸੇ ਦੌਰਾਨ ਤੁਹਾਨੂੰ ਇਹ ਦੱਸ ਦਿੰਦੇ ਹਾਂ ਕਿ ਬੀਤੇ ਦਿਨ ਹੀ ਸੁਪਰੀਮ ਕੋਰਟ ਨੇ ਸਖ਼ਤ ਟਿੱਪਣੀ ਕੀਤੀ ਸੀ। ਇੱਥੋਂ ਤੱਕ ਕਿ ਸੁਪਰੀਮ ਕੋਰਟ ਨੇ ਇਹ ਕਿਹਾ ਸੀਗਾ ਕਿ ਪੰਜਾਬ ਦੇ ਕਈ ਗਲੀ ਮੁਹੱਲਿਆਂ ਵਿੱਚ ਘਰ ਘਰ ਸ਼ਰਾਬ ਦੀਆਂ ਜਿਹੜੀਆਂ ਭੱਠੀਆਂ ਵਰਦੀਆਂ ਨੇ, ਜਿਹਦੇ ਚੱਲਦਿਆਂ ਕਿਤੇ ਨਾ ਕਿਤੇ ਵੱਡੇ ਜਿਹੜੇ ਸਵਾਲ ਜਿਹੜੇ ਆ ਵੱਡਾ ਇੱਕ ਕਹਿ ਸਕਦੇ ਹਾਂ ਕਿ ਪੰਜਾਬ 'ਤੇ ਵੱਡਾ ਇੱਕ ਸਵਾਲੀਆ ਚਿੰਨ੍ਹ ਲੱਗਿਆ ਸੀਗਾ ਕਿ ਆਖਿਰਕਾਰ ਪੰਜਾਬ ਜਾ ਕਿੱਧਰ ਨੂੰ ਰਿਹਾ। ਇਸੇ ਦੇ ਚੱਲਦਿਆਂ ਹੁਣ ਇੱਕ ਹੋਰ ਵੱਡੀ ਘਟਨਾ ਜਿਹੜੀ ਦੇਖਣ ਨੂੰ ਮਿਲੀ ਆ ਸੰਗਰੂਰ ਦੇ ਨਮੋਲ ਪਿੰਡ 'ਚ। ਸੋ ਜਿੱਥੇ ਅਸੀਂ ਦੇਖ ਰਹੇ ਹਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਜ਼ਿਲ੍ਹਾ ਹੈ ਅਤੇ ਉੱਥੋਂ ਅਜਿਹੀ ਘਟਨਾ ਸਾਹਮਣੇ ਆਉਣਾ ਤਾਂ ਕਿਤੇ ਨਾ ਕਿਤੇ ਸਰਕਾਰ 'ਤੇ ਵੱਡਾ ਸਵਾਲੀਆ ਚਿੰਨ੍ਹ ਜ਼ਰੂਰ ਲੱਗਦਾ ਹੈ। ਅਤੇ ਇਸੇ ਦੇ ਚੱਲਦਿਆਂ ਹੁਣ ਜਿਹੜੇ ਇਹ ਪਰਿਵਾਰਾਂ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਬੀਤੇ ਕੱਲ੍ਹ ਰਾਤ ਜਿਵੇਂ ਹੀ ਇਹ ਸ਼ਰਾਬ ਪੀ ਕੇ ਘਰ ਆਏ ਤਾਂ ਪਹਿਲਾਂ ਵੀ ਇਹ ਸ਼ਰਾਬ ਪੀਂਦੇ ਸੀ, ਤਾਂ ਬੀਤੇ ਕੱਲ੍ਹ ਜਦੋਂ ਸ਼ਰਾਬ ਪੀ ਕੇ ਘਰ ਸੁੱਤੇ ਤਾਂ ਅਚਾਨਕ ਜਦੋਂ ਸਵੇਰੇ ਇਹਨਾਂ ਨੂੰ ਉਠਾਇਆ ਗਿਆ ਤਾਂ ਇਹ ਮੰਜੇ ਤੋਂ ਹੀ ਨਹੀਂ ਉੱਠੇ, ਜਿਸ ਦੇ ਚੱਲਦਿਆਂ ਕਈ ਪਰਿਵਾਰਾਂ ਦੇ ਜਿਹੜੇ ਚੁੱਲ੍ਹੇ ਬੁਝੇ ਨੇ ਅਤੇ ਤਿੰਨ ਪਰਿਵਾਰਾਂ 'ਤੇ ਇਹ ਵੱਡੀ ਜਿਹੜੀ ਘਟਨਾ ਦੇਖਣ ਨੂੰ ਮਿਲੀ ਹੈ। ਮਾਤਮ ਦਾ ਮਾਹੌਲ ਹੈ ਜਿਹੜਾ ਸਾਇਆ ਹੋਇਆ ਅਤੇ ਮਾਤਮ ਸੋਗ ਦੀ ਲਹਿਰ ਦੇਖੀ ਜਾ ਰਹੀ ਹੈ ਪਿੰਡ ਵਿੱਚ। ਸੋ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਕਿ ਸੰਗਰੂਰ ਦੇ ਨਮੋਲ ਪਿੰਡ 'ਚ ਤਿੰਨ ਮਜ਼ਦੂਰਾਂ ਦੇ ਘਰ ਸ਼ਰਾਬ ਦਾ ਮੁੜ ਤੋਂ ਜਿਹੜਾ ਹਮਲਾ ਹੋਇਆ ਜ਼ਹਿਰੀਲੀ ਸ਼ਰਾਬ ਕਾਰਨ ਤਿੰਨ ਮਜ਼ਦੂਰਾਂ ਦੀ ਜਾਨ ਗਈ ਹੈ। ਹਾਲਾਂਕਿ ਪੁਲਿਸ ਪ੍ਰਸ਼ਾਸਨ ਦਾ ਇਸ ਮਾਮਲੇ ਸੰਬੰਧੀ ਕੀ ਕੁਝ ਕਹਿਣਾ ਹੋਏਗਾ ਇਹ ਹਾਲੇ ਜਾਣਕਾਰੀ ਬਾਕੀ ਹੈ, ਜਿਸ ਵਿੱਚ ਕਿ ਜਾਂਚ ਦੀ ਗੱਲ ਹਾਲੇ ਕਹੀ ਜਾ ਰਹੀ ਆ। ਕੀ ਕੁਝ ਨਿਕਲੇਗਾ ਉਹ ਆਉਣ ਵਾਲਾ ਸਮਾਂ ਦੱਸੇਗਾ, ਪਰ ਕਿਤੇ ਨਾ ਕਿਤੇ ਵੱਡੀ ਘਟਨਾ ਜਿਹੜੀ ਸੰਗਰੂਰ ਜ਼ਿਲ੍ਹੇ 'ਚ ਦੇਖੀ ਜਾ ਰਹੀ ਹੈ।